ਦੋਸਤੋ, ਆਮ ਤੌਰ 'ਤੇ ਅਪਰਾਧੀਆਂ ਨੂੰ ਅਪਰਾਧ ਦੇ ਅਨੁਸਾਰ ਸਭ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਹੈ ਤਾਂ ਜੋ ਕੋਈ ਹੋਰ ਅਜਿਹਾ ਅਪਰਾਧ ਨਾ ਕਰੇ। ਪਰ ਪੁਰਤਗਾਲ ਦੀ ਰਾਜਧਾਨੀ ਲਿਸਬਨ ਵਿੱਚ ਇੱਕ ਸੀਰੀਅਲ ਕਿਲਰ ਦਾ ਸਿਰ ਲਗਭਗ 181 ਸਾਲਾਂ ਤੋਂ ਇੱਕ ਸ਼ੀਸ਼ੇ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਹ ਦੇਖ ਕੇ ਹਰ ਕੋਈ ਹੈਰਾਨ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਕਿਸੇ ਮੁਜਰਮ ਦਾ ਸਿਰ ਇੰਨੀ ਦੇਖਭਾਲ ਨਾਲ ਕਿਉਂ ਰੱਖਿਆ ਗਿਆ ਹੈ। ਆਓ ਤੁਹਾਨੂੰ ਦੱਸਦਿਆਂ ਇਸ ਦੇ ਪਿੱਛੇ ਦਾ ਅਸਲ ਕਾਰਨ ਅਤੇ ਜਾਣਦੇ ਹਾਂ ਇਹ ਸੀਰੀਅਲ ਕਿਲਰ ਕਿੰਨਾ ਖਤਰਨਾਕ ਸੀ। ਦੋਸਤੋ, ਇਸ ਸੀਰੀਅਲ ਕਿਲਰ ਦਾ ਨਾਮ ਡਿਓਗੋ ਐਲਵੇਸ ਹੈ। ਦੋਸਤੋ, ਡਿਓਗੋ ਐਲਵੇਸ ਦਾ ਜਨਮ 1819 ਵਿੱਚ ਸਪੇਨ ਦੇ ਗਲੇਸ਼ੀਆ ਸ਼ਹਿਰ ਵਿੱਚ ਹੋਇਆ ਸੀ। ਵੱਡਾ ਹੋ ਕੇ ਉਹ ਕੰਮ ਦੀ ਭਾਲ ਵਿੱਚ ਪੁਰਤਗਾਲ ਦੀ ਰਾਜਧਾਨੀ ਲਿਸਬਨ ਪਹੁੰਚ ਗਿਆ। ਕਾਫੀ ਭਾਲ ਕਰਨ ਤੋਂ ਬਾਅਦ ਵੀ ਉਹਨੂੰ ਕੋਈ ਨੌਕਰੀ ਨਾ ਮਿਲੀ। ਕੰਮ ਦੀ ਭਾਲ ਦੌਰਾਨ ਉਸਦੀ ਮੁਲਾਕਾਤ ਕੁਝ ਅਪਰਾਧੀਆਂ ਨਾਲ ਹੋ ਗਈ ਜੋ ਬਿਨਾਂ ਕੰਮ ਦੇ ਆਰਾਮ ਨਾਲ ਰਹਿੰਦੇ ਸਨ। ਇਹ ਲੋਕ ਛੋਟੇ ਮੋਟੇ ਅਪਰਾਧ ਕਰਦੇ ਸਨ। ਇਸ ਤੋਂ ਬਾਅਦ ਡਿਓਗੋ ਨੇ ਸੋਚਿਆ ਕਿ ਹੁਣ ਉਹ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਕੇ ਕਾਫੀ ਪੈਸਾ ਕਮਾਵੇਗਾ। ਉਸਨੇ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੈਸਾ ਆਉਣ ਲੱਗ ਪਿਆ ਤਾਂ ਉਸਦਾ ਲਾਲਚ ਵਧਣ ਲੱਗ ਪਿਆ। ਹੁਣ ਉਸਨੇ ਵੱਡਾ ਅਪਰਾਧ ਕਰਨ ਬਾਰੇ ਸੋਚਿਆ। ਇਸ ਦੇ ਲਈ ਉਸਨੇ ਕੁਝ ਖੋਜ ਕੀਤੀ। ਉਸਨੇ ਦੇਖਿਆ ਕਿ ਲਿਪਸਨ ਵਿੱਚ ਇੱਕ 213 ਫੁੱਟ ਉੱਚਾ ਪੁਲ ਹੈ। ਇਸ ਰਾਹੀਂ ਬਾਹਰਲੇ ਇਲਾਕਿਆਂ ਦੇ ਲੋਕ ਸਫ਼ਰ ਕਰਦੇ ਹਨ। ਕਿਸਾਨ ਇਸ ਦੀ ਸਭ ਤੋਂ ਵੱਧ ਵਰਤੋਂ ਕਰਦੇ ਹਨ। ਉਹ ਫਸਲ ਇਕੱਠੀ ਕਰਕੇ ਮੰਡੀ ਵਿੱਚ ਵੇਚਦੇ ਹਨ ਅਤੇ ਸ਼ਾਮ ਨੂੰ ਇਸ ਰਸਤੇ ਰਾਹੀਂ ਆਉਂਦੇ ਹਨ। ਡਿਓਗੋ ਨੇ ਇਹਨਾਂ ਕਿਸਾਨਾਂ ਨੂੰ ਲੁੱਟਣ ਦੀ ਯੋਜਨਾ ਬਣਾਈ। ਉਹ ਕਿਸਾਨਾਂ ਨੂੰ ਲੁੱਟਦਾ ਅਤੇ ਫਿਰ ਉਹਨਾਂ ਨੂੰ ਪੁਲ ਤੋਂ ਧੱਕਾ ਦੇ ਦਿੰਦਾ, ਕਿਉਂਕਿ ਪੁਲ ਦਾ ਕੱਦ ਇੰਨਾ ਉੱਚਾ ਸੀ ਕਿ ਉੱਥੋਂ ਡਿੱਗ ਕੇ ਮਰਨਾ ਤੈਅ ਸੀ। ਇਸ ਤੋਂ ਇਲਾਵਾ ਪੁਲ ਤੋਂ ਡਿੱਗ ਕੇ ਮੌਤ ਨੂੰ ਖੁਦਕੁਸ਼ੀ ਮੰਨਿਆ ਗਿਆ। ਉਹ ਕਈ ਦਿਨ ਤੱਕ ਅਜਿਹਾ ਕਰਦਾ ਰਿਹਾ। ਜਦੋਂ ਕੋਈ ਕਿਸਾਨ ਉਸਦਾ ਵਿਰੋਧ ਕਰਦਾ ਤਾਂ ਉਹ ਉਸਨੂੰ ਚਾਕੂ ਮਾਰ ਕੇ ਹੇਠਾਂ ਸੁੱਟ ਦਿੰਦਾ। ਇਸ ਤਰ੍ਹਾਂ ਜਦੋਂ ਇਲਾਕੇ ਵਿੱਚ ਲਗਭਗ 30 ਕਿਸਾਨ ਲਾਪਤਾ ਹੋ ਗਏ ਤਾਂ ਮਾਮਲਾ ਪੁਲਿਸ ਕੋਲ ਪੁੱਜ ਗਿਆ। ਪੁਲਿਸ ਨੇ ਮਹਿਸੂਸ ਕੀਤਾ ਕਿ ਕਿਸਾਨ ਘਾਟੇ ਦੇ ਕਾਰਨ ਖੁਦਕੁਸ਼ੀ ਕਰ ਰਹੇ ਹਨ ਅਤੇ ਪੁਲਿਸ ਨੇ ਜਾਂਚ ਕਰਨਾ ਬੰਦ ਕਰ ਦਿੱਤੀ। ਪੁਲਿਸ ਦੇ ਜਾਂਚ ਬੰਦ ਕਰਦੇ ਹੀ ਕਿਸਾਨ ਫਿਰ ਤੋਂ ਗਾਇਬ ਹੋਣ ਲੱਗ ਪਏ। ਤਕਰੀਬਨ 20 ਹੋਰ ਕਿਸਾਨ ਲਾਪਤਾ ਹੋ ਗਏ। ਜਦੋਂ ਪੁਲਿਸ ਨੇ ਦੁਬਾਰਾ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਬਹੁਤ ਸਾਰੇ ਕਿਸਾਨ ਜੋ ਆਰਥਿਕ ਤੌਰ 'ਤੇ ਮਜ਼ਬੂਤ ਸਨ ਅਤੇ ਕੋਈ ਪਰੇਸ਼ਾਨੀ ਵੀ ਨਹੀਂ ਸੀ, ਮਰ ਚੁੱਕੇ ਹਨ। ਅਜਿਹੇ 'ਚ ਸਵਾਲ ਇਹ ਉੱਠਦਾ ਸੀ ਕਿ ਜੋ ਕਿਸਾਨ ਠੀਕ ਸੀ ਉਹ ਖੁਦਕੁਸ਼ੀ ਕਿਵੇਂ ਕਰਨਗੇ। ਪੁਲਿਸ ਨੇ ਜਾਂਚ ਦੇ ਲਈ ਹਿੱਸੇ ਵਜੋਂ ਪੁਲ ਨੂੰ ਕੁਝ ਦਿਨ ਲਈ ਬੰਦ ਕਰ ਦਿੱਤਾ। ਪੁਲ ਬੰਦ ਹੁੰਦਿਆਂ ਹੀ ਕਿਸਾਨਾਂ ਦਾ ਆਉਣਾ ਜਾਣ ਵੀ ਬੰਦ ਹੋ ਗਿਆ। ਇਸ ਨਾਲ ਪੁਲਿਸ ਦਾ ਸ਼ੱਕ ਡੂੰਘਾ ਹੋ ਗਿਆ। ਪੁਲਿਸ ਨੇ ਪੁਲ ਦੇ ਹੇਠਾਂ ਤਲਾਸ਼ੀ ਲੈਣ ਦਾ ਫੈਸਲਾ ਕੀਤਾ। ਜਦੋਂ ਡੂੰਘਾਈ ਵਿੱਚ ਚੈਕਿੰਗ ਕੀਤੀ ਗਈ ਤਾਂ ਪੁਲਿਸ ਨੂੰ ਕਈ ਕਿਸਾਨਾਂ ਦੀ ਲਾਸ਼ਾਂ ਮਿਲੀਆਂ ਜਿਨ੍ਹਾਂ ਦੇ ਸਰੀਰ 'ਤੇ ਚਾਕੂਆਂ ਦੇ ਨਿਸ਼ਾਨ ਸਨ। ਹੁਣ ਪੁਲਿਸ ਨੂੰ ਯਕੀਨ ਹੋ ਗਿਆ ਸੀ ਕਿ ਇਹ ਸਾਰੇ ਕਤਲ ਕੀਤੇ ਗਏ ਹਨ। ਜਦੋਂ ਪੁਲ ਦੀ ਯੋਜਨਾ ਰੋਕਿਆ ਗਿਆ ਤਾਂ ਡਿਓਗੋ ਨੇ ਲਿਬਸਨ ਦੇ ਇੱਕ ਮਸ਼ਹੂਰ ਡਾਕਟਰ 'ਤੇ ਹਮਲਾ ਕਰ ਦਿੱਤਾ ਅਤੇ ਲੁੱਟ ਦੌਰਾਨ ਡਿਓਗੋ ਨੇ ਡਾਕਟਰ ਨੂੰ ਮਾਰ ਦਿੱਤਾ। ਹੁਣ ਪੁਲਿਸ ਉੱਤੇ ਦਬਾਅ ਪੈ ਗਿਆ ਸੀ ਕਿ ਉਹ ਜਲਦੀ ਤੋਂ ਜਲਦੀ ਕਾਤਲ ਨੂੰ ਫੜੇ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜ ਲਿਆ। ਫੜੇ ਜਾਣ ਤੋਂ ਬਾਅਦ ਡਿਓਗੋ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ। ਪੁੱਛਗਿੱਛ ਦੇ ਦੌਰਾਨ ਡਿਓਗੋ ਨੇ ਦੱਸਿਆ ਕਿ ਉਸਨੇ ਕਈ ਲੋਕਾਂ ਨੂੰ ਮਾਰਿਆ ਸੀ ਪਰ ਉਸਨੂੰ ਸਿਰਫ 70 ਕਿਸਾਨ ਹੀ ਯਾਦ ਸਨ। ਇੰਨੇ ਵੱਡੇ ਸੀਰੀਅਲ ਕਿਲਰ ਨੂੰ ਲੈ ਕੇ ਪੂਰੇ ਦੇਸ਼ 'ਚ ਗੁੱਸੇ ਦੀ ਲਹਿਰ ਸੀ। ਅਦਾਲਤ ਨੇ ਫਰਵਰੀ 1841 ਵਿੱਚ ਉਸਨੂੰ ਮੌਤ ਦੀ ਸਜ਼ਾ ਸੁਣਾਈ। ਫਾਂਸੀ ਦੀ ਤਰੀਕ ਤੈਅ ਹੋਣ ਤੋਂ ਬਾਅਦ ਕੁਝ ਡਾਕਟਰਾਂ ਨੇ ਅਦਾਲਤ ਅਤੇ ਸਰਕਾਰ ਨੂੰ ਡਿਓਗੋ ਦੇ ਦਿਮਾਗ 'ਤੇ ਖੋਜ ਕਰਨ ਲਈ ਸਿਰ ਰੱਖਣ ਲਈ ਕਿਹਾ। ਖੋਜਕਰਤਾ ਇਹ ਜਾਣਨਾ ਚਾਹੁੰਦੇ ਸਨ ਕਿ ਅਜਿਹਾ ਕਤਲ ਕਿਵੇਂ ਸੋਚ ਸਕਦਾ ਹੈ। ਸਰਕਾਰ ਨੇ ਇਸ ਲਈ ਡਾਕਟਰ ਨੂੰ ਇਜਾਜ਼ਤ ਦੇ ਦਿੱਤੀ। ਉਦੋਂ ਤੋਂ ਹੀ ਇਸ ਦੀ ਖੋਪੜੀ ਨੂੰ ਮਿਊਜ਼ੀਅਮ ਵਿੱਚ ਬਹੁਤ ਸੁਰੱਖਿਅਤ ਤਰੀਕੇ ਨਾਲ ਰੱਖਿਆ ਗਿਆ ਹੈ।